ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹਟਾਉਣ ਦੇ ਮਾਮਲੇ ਉੱਤੇ ਨਵਜੋਤ ਸਿੱਧੂ ਨੇ ਅਰਵਿੰਦ ਕੇਜਰੀਵਾਲ ਉੱਤੇ ਨਿਸ਼ਾਨਾ ਸਾਧਿਆ ਹੈ। ਬੇਸ਼ੱਕ ਇਸ ਮੌਕੇ ਉਹਨਾਂ ਨੇ ਸੁਖਪਾਲ ਖਹਿਰਾ ਬਾਰੇ ਸਿੱਧੇ ਤੌਰ ਉੱਤੇ ਕੋਈ ਜ਼ਿਕਰ ਨਹੀਂ ਕੀਤਾ, ਪਰ ਸਿੱਧੂ ਨੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬਿਕਰਮ ਸਿੰਘ ਮਜੀਠੀਆ ਦੇ ਪੈਰ ਚੱਟਣ ਵਾਲਾ ਕਰਾਰ ਦਿੱਤਾ ਹੈ ਕਿ ਜਿਹੜੇ ਲੋਕ ਇੱਥੇ ਗੱਡੀਆਂ ਦੇ ਉੱਤੇ ਚੜ੍ਹ ਕੇ 30-30 ਹਜ਼ਾਰ ਬੰਦਿਆਂ ਦੇ ਵਿੱਚ ਖੜ੍ਹ ਕੇ ਇਹ ਕਹਿੰਦੇ ਹੁੰਦੇ ਸੀ ਕਿ ਆਹ ਫਲਾਨਾ ਚਿੱਟਾ ਵੇਚਦਾ, ਆਹ ਫਲਾਨਾ ਤਸਕਰ ਹੈ, ਉਹਦੇ ਪੈਰ ਕਿਉਂ ਚੱਟੇ? ਫਿਰ ਥੁੱਕ ਕੇ ਚੱਟਿਆ ਕਿਉਂ? ਪੰਜਾਬੀਆਂ ਨੂੰ ਇਹ ਇਸ ਗੱਲ ਤੋਂ ਘਿਣਾ ਹੈ ਕਿ ਕੋਈ ਆਦਮੀ ਕਿਸੇ ਡਾਕੂ ਨੂੰ ਪਹਿਲਾਂ ਡਾਕੂ ਕਵੇ ਅਤੇ ਫਿਰ 4 ਦਿਨਾਂ ਬਾਅਦ ਉਹਦੇ ਪੈਰਾਂ ਦੇ ਵਿੱਚ ਪੈਰ ਚੱਟੇ ਉਹਦੇ ਔਰ ਉਹ ਤੋਂ ਮਾਫ਼ੀ ਮੰਗੇ। ਇਹ ਉਹ ਲੋਕ ਨੇ ਜਿਹੜੇ ਰਿਮੋਟ ਕੰਟਰੋਲ ਦੇ ਨਾਲ ਪੰਜਾਬ ਨੂੰ ਚਲਾਉਣਾ ਚਾਹੁੰਦੇ ਸੀ। ਇਹ ਉਹ ਲੋਕ ਨੇ ਜਿਨ੍ਹਾਂ ਨੇ ਇੱਕ ਇੱਕ ਕੌਂਸਟੀਚੁਐਂਸੀ ਦੇ ਵਿੱਚ 20-20 ਬੰਦਿਆਂ ਨੂੰ ਟਿਕਟਾਂ ਵੰਡੀਆਂ ਹੋਈਆਂ ਸੀ। ਅੱਜ ਇਕੱਠ ਕਿਉਂ ਨਹੀਂ ਹੁੰਦਾ? ਉੱਥੇ ਕਿੰਨੇ ਬੰਦੇ ਇਕੱਠੇ ਹੋਏ ਆ? ਇਹ ਉਹੀ ਲੋਕ ਨੇ ਨਾ ਜਿੱਥੇ 30-30 ਹਜ਼ਾਰ ਦਾ ਇਕੱਠ ਹੁੰਦਾ ਸੀ, ਸਮਝ ਨਹੀਂ? ਇੱਕ ਇੱਕ ਕੌਂਸਟੀਚੁਐਂਸੀ 'ਚ 15-15 20-20 ਬੰਦਿਆਂ ਤੋਂ ਉਹ ਜਿੰਨੇ ਵੀ ਸੀਗੇ ਇਹਨਾਂ ਦੇ ਟੋਪ ਲਾਈਨ ਉੱਥੋਂ ਉੱਪਰੋਂ ਆਏ ਹੋਏ ਜਿਹੜੇ ਜਿਹੜੇ ਦੁੰਮ ਦਬਾ ਕੇ ਭੱਜੇ, ਸਮਝ ਨਹੀਂ? ਇਹ 20-20 ਬੰਦਿਆਂ ਨੂੰ ਇਹਨਾਂ ਨੇ ਟਿਕਟਾਂ ਵੰਡੀਆਂ ਹੋਈਆਂ ਸੀ ਅਤੇ ਜਦੋਂ ਇੱਕ ਬੰਦੇ ਨੂੰ ਦਿੱਤੀ ਉਹ 20 ਦੇ 20 ਇਹਨਾਂ ਦੇ ਖਿਲਾਫ ਔਖੇ ਹੋਏ, ਇਸ ਕਰਕੇ ਮਰੇ।